ਦੀਆਂ ਜਿਹੜੀਆਂ ਰੋਕਾਂ ਲਾਈਆਂ ਉਹਨਾਂ ਨੂੰ ਟੱਪ ਨਹੀਂ ਸਕਾਂਗੇ। ਇਹ ਸਰਕਾਰ ਭੁਲੇਖੇ 'ਚ ਹੈ। ਗੋਲੀ ਤੋਂ ਵੱਧ ਕੇ ਤਾਂ ਰੋਕਾਂ ਨਹੀਂ ਹੋ ਸਕਦੀਆਂ। ਇਹ ਰੋਕਾਂ ਜਿਹੜੀਆਂ ਪੱਥਰ ਹੈ ਇਹ ਸਾਡੇ ਮੂਹਰੇ ਕੁਛ ਨਹੀਂ ਕਰਨਗੇ। ਇਹ ਪੱਥਰ ਤਾਂ ਕਿਸਾਨਾਂ ਦੇ ਬੱਚਿਆਂ ਨੂੰ ਇੱਕ ਛੋਟੇ ਛੋਟੇ ਮਤਲਬ ਸਿਰਹਾਣੇ ਲੱਗਦੇ ਆ, ਜਿਵੇਂ ਸਿਰਹਾਣਾ ਚੱਕ ਕੇ ਪਾਸੇ ਸਿੱਟਤਾ। ਅਸੀਂ ਖੜ੍ਹੇ ਹਾਂ ਜੀ ਬਠਿੰਡਾ ਡੱਬ ਵਾਲੀ ਰੋਡ ਦੇ ਉੱਤੇ, ਜਿਸ ਥਾਂ ਦੇ ਉੱਤੇ ਤੁਹਾਨੂੰ ਜਿਹੜੀ ਤਸਵੀਰਾਂ ਦਿਖਾ ਦਈਏ, ਜਿਹੜੀ 2020 ਦੇ ਵਿੱਚ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਜਿਹੜਾ ਧਰਨਾ ਲਾਇਆ ਗਿਆ ਸੀਗਾ, ਉਸੇ ਚੀਜ਼ ਨੂੰ ਲੈ ਕੇ ਜਿਹੜਾ ਹੁਣ ਦੁਬਾਰਾ ਆਪਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਜਿਹੜਾ ਇੱਕ ਦਿੱਲੀ ਦੇ ਵਿੱਚ 16 ਤਰੀਕ ਨੂੰ ਜਿਹੜਾ ਧਰਨਾ ਲਾਇਆ ਜਾ ਰਿਹਾ, ਜਿਹਦੇ ਵਿੱਚ ਪੰਜਾਬ ਦੀਆਂ 18 ਤੋਂ ਵੱਧ ਜਿਹੜੀਆਂ ਜਥੇਬੰਦੀਆਂ ਇੱਥੋਂ ਕੂਚ ਕਰਨਗੀਆਂ, ਜਿਹੜੇ ਦਿੱਲੀ ਨੂੰ ਜਾਣਗੀਆਂ, ਉਹਨਾਂ ਨੂੰ ਜਿਹੜੇ ਰੋਕਣ ਵਾਸਤੇ ਜਿਹੜੇ ਪੰਜਾਬ ਤੋਂ ਜਿਹੜਾ ਹਰਿਆਣੇ ਦੇ ਵਿੱਚ ਜਿਹੜੀ ਐਂਟਰੀ ਹੁੰਦੀ ਹੈ, ਜਿਹੜਾ ਮੁੱਖ ਜਿਹੜਾ ਨਾਕਾ ਜਿਹੜੇ ਡੱਬ ਵਾਲੀ ਦੇ ਅੱਡੇ ਦੇ ਉੱਤੇ, ਉਹ ਤੁਹਾਨੂੰ ਤਸਵੀਰਾਂ ਦਿਖਾ ਦਈਏ ਵੀ ਉੱਥੋਂ ਦਾ ਜਿਹੜਾ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਆ 13 ਤਰੀਕ ਨੂੰ ਰੋਕਣ ਵਾਸਤੇ। ਇਹ ਜਿਹੜੇ ਵੱਡੇ ਵੱਡੇ ਜਿਹੜੇ ਪੱਥਰ ਇਸ ਥਾਂ ਦੇ ਉੱਤੇ ਰੱਖੇ ਗਏ ਨੇ, ਇਹ ਪਿਛਲੀ ਵਾਰ ਵੀ ਜਦੋਂ ਦਿਖਾ ਦਈਏ ਜਦੋਂ ਕਿਸਾਨ ਇੱਥੋਂ ਤੇ ਗਏ ਸੀ ਇਸੇ ਰਸਤੇ ਤੇ ਗਏ ਸੀਗੇ, ਉਸ ਥਾਂ ਤੇ ਬੈਰੀਗੇਟ ਲੱਗਿਆ ਸੀਗਾ ਤੇ ਜਿਹਨੂੰ ਕਰੀਬ ਮੰਨ ਲਓ ਇੱਕ ਦਿਨ ਕਿਸਾਨਾਂ ਨੇ ਤੇ ਰੋਕ ਕੇ ਪੂਰਾ ਆਪਦਾ ਸੰਘਰਸ਼ ਕਰਕੇ ਉਸ ਤੋਂ ਬਾਅਦ ਬੈਰੀਗੇਟ ਤੋੜ ਕੇ ਜਿਹੜਾ ਇੱਥੋਂ ਕਿਸਾਨ ਲੰਘੇ ਸੀਗੇ। ਹੁਣ ਦੁਬਾਰਾ ਜਿਹੜਾ 13 ਤਰੀਕ ਨੂੰ ਵੀ ਜਿਹੜਾ ਕਿਸਾਨ ਇੱਥੋਂ ਦੀਆਂ ਜਾਣਾ ਉਹਨੂੰ ਜਿਹੜੇ ਰੋਕਣ ਵਾਸਤੇ ਜਿਹੜੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਇਸ ਥਾਂ ਦੇ ਉੱਤੇ ਵੱਡੇ ਬੈਰੀਗੇਟ ਰੱਖੇ ਗਏ ਨੇ ਤੇ ਵੱਡੇ ਵੱਡੇ ਜਿਹੜੇ ਪੱਥਰ ਹੈ ਜਿਹੜੇ ਲਿਆ ਕੇ ਸੜਕ ਦੇ ਉੱਤੇ ਰੱਖੇ ਗਏ ਨੇ। ਇਹ ਪੱਥਰ ਇਸੇ ਕਰਕੇ ਹੀ ਹੈ ਵੀ ਉਸ ਤਰੀਕ ਨੂੰ ਜਿਹੜਾ ਇਹਦਾ 13 ਤਰੀਕ ਨੂੰ ਇੱਥੇ ਜਿਹੜੇ ਬੈਰੀਗੇਟ ਕੀਤੇ ਜਾਣੇ ਨੇ, ਜਿਹੜੇ ਇੱਥੋਂ ਦੀਆਂ ਕਿਸਾਨ ਦੀਆਂ ਜਿਹੜੇ ਜਥੇਬੰਦੀਆਂ ਦਿੱਲੀਆਂ ਆਪਦੀਆਂ ਸੰਘ ਜਿਹੜੀਆਂ ਮੁੱਖ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨੀ ਜਿਹੜੇ ਆਪਦੇ ਕਾਨੂੰਨ ਸੀਗੇ ਜਿਹੜੇ ਉਹਨਾਂ ਨੂੰ ਮੰਗੂ ਕਰਾਉਣੇ ਬਿਜਲੀ ਬਿੱਲ ਦਾ ਜਿਹੜਾ ਕਰਾਉਣ ਵਾਸਤੇ ਜਿਹੜੇ ਉਸ ਤੋਂ ਸੰਘਰਸ਼ ਕੀਤਾ ਸੀਗਾ ਜਿਹੜਾ ਸਾਲ ਦੇ ਕਰੀਬ ਬੈਠੇ ਰਹੇ, ਹੁਣ ਉਹਨੂੰ ਲੈ ਕੇ ਦੁਬਾਰਾ ਜਿਹੜੀਆਂ ਜਥੇਬੰਦੀਆਂ ਜਾ ਰਹੀਆਂ ਉਸੇ ਵਾਸਤੇ ਜਿਹੜਾ ਇੰਤਜ਼ਾਮ ਜਿਹੜਾ ਕੀਤਾ ਗਿਆ। ਹੁਣ ਇਹ ਜਿਹੜਾ ਸਾਰਾ ਪ੍ਰਸ਼ਾਸਨ ਵੱਲੋਂ ਇੱਥੇ ਲੱਗਣਾ, ਅਜੇ ਤੱਕ ਜਿਹੜਾ 3 ਦਿਨ ਬਾਕੀ ਨੇ, ਫਿਰ ਵੀ ਪੁਲਿਸ ਵੱਲੋਂ ਇਸ ਰੋਡ ਦੇ ਉੱਤੇ ਵੀ ਜਿਹੜੀ ਮਲੋੜ ਤੋਂ ਰੋਡ ਆ ਰਹੀ ਹੈ ਉਹਦੇ ਉੱਤੇ ਪੁਲ ਦੇ ਉੱਤੇ ਜਿਹੜੇ ਬਹੁਤ ਵੱਡੇ ਪੱਥਰ ਅਤੇ ਵੱਡੇ ਵੱਡੇ ਬੈਰੀਗੇਟ ਜਿਹੜੇ ਲਾਏ ਜਾ ਰਹੇ ਨੇ, ਇਹਨਾਂ ਨੂੰ ਜਿਹੜੇ ਦੇਖਦੇ ਹੋਏ ਹੁਣ ਇਹ ਕੁਛ ਹੀ ਦੇਖਣਾ ਜਿਹੜਾ ਬਾਕੀ ਹੈ ਵੀ ਕੀ ਕਿਸਾਨ ਜਥੇਬੰਦੀਆਂ ਇੱਥੋਂ ਦੀਆਂ ਜਾਣਗੀਆਂ, ਕੀ ਸਰਕਾਰ ਉਹਨਾਂ ਨੂੰ ਰੋਕਣ ਦੇ ਵਿੱਚ ਸਫਲ ਹੋ ਸਕਦੀ ਹੈ ਜਾਂ ਨਾ, ਕੀ ਕਿਸਾਨ ਇੱਥੋਂ ਦੀ ਕੂਚ ਕਰਨਗੇ। ਸਾਡੀਆਂ ਜਿਹੜੀਆਂ 18 ਜਥੇਬੰਦੀਆਂ ਇਹਦੇ 'ਚ ਜਾ ਰਹੀਆਂ 13 ਤਰੀਕ ਨੂੰ, ਸਾਡੀਆਂ ਇਹਦੇ 'ਚ ਮੁੱਖ ਮੰਗਾਂ ਹੈ MSP ਦਾ ਗਰੰਟੀ ਕਾਨੂੰਨ ਲੈਣਾ, ਜਿਹੜੀ ਸਰਕਾਰ ਇੰਪੋਰਟ ਡਿਊਟੀ ਘਟਾਉਣ ਜਾ ਰਹੀ ਹੈ ਕਣਕ ਤੋਂ ਉਹਨੂੰ ਆਪਣਾ ਨਾ ਘਟਾਉਣ ਦੇਣਾ, ਗੈਟ ਦੇ ਵਿੱਚੋਂ ਸਰਕਾਰ ਬਾਹਰ ਆਵੇ ਔਰ ਆਪਣਾ ਜਿਹੜਾ ਪੂਰਾ ਕਰਜ਼ਾ ਕਿਸਾਨੀ ਦਾ ਸਾਰਾ ਕਰਜ਼ਾ ਮੁਆਫ ਕਰਾਉਣਾ, ਔਰ ਜਿਹੜਾ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ, ਜਿਹੜੇ ਕਿਸਾਨਾਂ ਦੇ ਉੱਤੇ ਪਰਜ਼ੇ ਆ ਉਹਨਾਂ ਨੂੰ ਰੱਦ ਕਰਾਉਣਾ। ਅਸਲ ਦੇ ਵਿੱਚ ਇਹ ਸਾਡੀਆਂ 10 ਮੰਗਾਂ ਨੇ, ਇਸ ਤਰ੍ਹਾਂ ਕਰਕੇ ਅਸੀਂ ਬਹੁਤ ਜਿਹੜਾ ਪ੍ਰਭਾਵੀ ਢੰਗ ਨਾਲ ਫਿਰ ਦਿੱਲੀ ਜਾ ਰਹੇ ਹਾਂ ਬਹੁਤ ਵੱਡੇ ਲਾਮ ਲਕਸ਼ਰ। ਜਿਵੇਂ ਮੇਰੇ ਪਿੰਡ ਦੇ ਵਿੱਚੋਂ ਇਕੱਲੇ ਪਿੰਡ ਦੇ ਵਿੱਚੋਂ 5 ਟਰਾਲੀਆਂ ਅਤੇ 125 ਕਿਸਾਨ ਨੇ ਨਾਂ ਲਿਖਾਇਆ ਮੇਰੇ ਲੰਬੀ ਪਿੰਡ ਦੇ ਵਿੱਚੋਂ, ਅਤੇ ਉਹਨਾਂ ਦੇ ਵਿੱਚ ਜ਼ਿਆਦਾਤਰ ਤਕਰੀਬਨ ਯੰਗ ਏਜ ਮੁੰਡੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਪੱਥਰ ਪਾਸੇ ਕੀਤੇ ਚੱਕ ਕੇ। ਜਿਵੇਂ ਹੁਣ ਸਰਕਾਰ ਇਹਨਾਂ ਗੱਲਾਂ 'ਤੇ ਉਲਝੀ ਹੈ ਵੀ ਅਸੀਂ ਹਰਿਆਣੇ ਦੇ ਵਿੱਚੋਂ ਜਿਹੜਾ ਨਾਲ ਸਾਡੇ ਡੱਬ ਵਾਲੀ ਪੈਂਦਾ ਹੈ ਇੱਥੇ ਅਸੀਂ ਜਿਹੜਾ ਇਹਨੂੰ ਟੱਪਣੀ ਨਹੀਂ ਦੇਵਾਂਗੇ ਇਹ ਕਿਸਾਨਾਂ ਨੂੰ, ਤਾਂ ਕੀ ਪਹਿਲਾਂ ਨਹੀਂ ਉਹਨਾਂ ਨੇ ਦੇਖਿਆ ਵੀ ਕਿਵੇਂ ਇਹਨਾਂ ਦੀਆਂ ਵਿਛਾੜਾਂ ਦੇ ਪਾਣੀ ਵਾਲੀਆਂ ਵਿਛਾੜਾਂ ਦੇ ਮੂੰਹ ਮੋੜੇ ਕਿਸਾਨਾਂ ਨੇ, ਕਿਸ ਤਰ੍ਹਾਂ ਕਿਸਾਨਾਂ ਨੇ ਪੱਥਰ ਚੱਕ ਚੱਕ ਮਾਰੇ, ਕਿਸ ਤਰ੍ਹਾਂ ਇਹਨਾਂ ਦੇ ਸੜਕਾਂ 'ਤੇ ਲਾਏ ਟਿੱਬੇ,
ਉਹ ਕਿਸਾਨਾਂ ਦੇ ਟਰੈਕਟਰਾਂ ਨੇ ਢਾ ਕੇ ਟੱਪੇ, ਕਿਸ ਤਰ੍ਹਾਂ ਇਹਨਾਂ ਦੇ ਟੋਏ ਸੀ ਜਿਹੜੇ ਉਹ ਪੂਰੇ। ਇਹ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ, ਪਰ ਸਰਕਾਰ ਇੱਕੋ ਜਿਹੀਆਂ ਚਾਲਾਂ 'ਤੇ ਆਈ ਹੈ। ਇਹਨਾਂ ਗੱਲਾਂ ਤੋਂ ਸਰਕਾਰ ਜਿਹੜੀ ਹੈ ਉਹ ਆਪਣਾ ਤੇਰਾ ਪਾਸੇ ਹੋਵੇ, ਇਹਨਾਂ ਗੱਲਾਂ ਨੂੰ ਛੱਡੇ। ਸਰਕਾਰ ਕਿਸਾਨਾਂ ਨੇ ਆਪਦਾ ਪ੍ਰੋਟੈਸਟ ਕਰਨ ਜਾਣਾ, ਪ੍ਰੋਟੈਸਟ ਕਰਨਾ ਸਾਡਾ ਹੱਕ ਹੈ, ਜਿਹੜੀਆਂ ਸਾਡੀਆਂ ਜ਼ਮੀਨਾਂ ਉਹ ਬਚਾਉਣਾ ਸਾਡਾ ਹੱਕ ਹੈ, ਜਿਹੜੇ ਸਾਡੇ ਕਿਸਾਨ ਪਰਿਵਾਰਾਂ ਦੇ ਪਹਿਲਾਂ ਵੀ ਸ਼ਹੀਦ ਹੋਏ ਹੈ, ਅੱਜ ਵੀ ਸਾਨੂੰ ਸ਼ਹੀਦੀਆਂ ਦਾ ਕੋਈ ਖਤਰਾ ਨਹੀਂ, ਅਸੀਂ ਆਪਦੀਆਂ ਜ਼ਮੀਨਾਂ ਪਿੱਛੇ ਲੜ ਕੇ ਮਰਾਂਗੇ। ਪਰ ਇਹ ਨਹੀਂ ਗੱਲ ਵੀ ਸਰਕਾਰਾਂ ਦੀਆਂ ਜਿਹੜੀਆਂ ਰੋਕਾਂ ਲਾਈਆਂ ਉਹਨਾਂ ਨੂੰ ਟੱਪ ਨਹੀਂ ਸਕਾਂਗੇ, ਇਹ ਸਰਕਾਰ ਭੁਲੇਖੇ 'ਚ ਹੈ। ਇਹ ਤਾਂ ਅਸੀਂ ਵੱਡੀਆਂ ਵੱਡੀਆਂ ਰੋਕਾਂ, ਅਸੀਂ ਤਾਂ ਉਹ ਲੋਕ ਹੈ ਜਿਹੜੇ ਕਹਿੰਦੇ ਹੈ ਵੀ ਇਹ ਕੁਰਸੀ ਦੇ ਠੇਕੇਦਾਰੋ ਕਿਸਾਨ ਖੜਾ ਹੈ ਗੋਲੀ ਮਾਰੋ, ਗੋਲੀ ਤੋਂ ਵੱਧ ਕੇ ਤਾਂ ਰੋਕਾਂ ਨਹੀਂ ਹੋ ਸਕਦੀਆਂ। ਇਹ ਰੋਕਾਂ ਜਿਹੜੀਆਂ ਪੱਥਰ ਹੈ ਇਹ ਸਾਡੇ ਮੂਹਰੇ ਕੁਛ ਨਹੀਂ ਕਰਨਗੇ, ਇਹ ਪੱਥਰ ਤਾਂ ਕਿਸਾਨਾਂ ਦੇ ਬੱਚਿਆਂ ਨੂੰ ਇੱਕ ਛੋਟੇ ਛੋਟੇ ਮਤਲਬ ਸਿਰਹਾਣੇ ਲੱਗਦੇ ਆ, ਜਿਵੇਂ ਸਿਰਹਾਣਾ ਚੱਕ ਕੇ ਪਾਸੇ ਸਿੱਟਤਾ, ਅਤੇ ਇਹ ਜਿਹੀਆਂ ਸਰਕਾਰਾਂ ਦਾ ਇਹ ਕੰਮ ਹੈ, ਅਸੀਂ ਇਹਨਾਂ ਨੂੰ ਤੋੜ ਕੇ ਦਿੱਲੀ ਪਹੁੰਚਾਂਗੇ।